ਇਹ ਲਫ਼ਜ਼ 1960 ਵਿੱਚ ਅੱਗ ਵਾਂਗੂ ਉਭਰੇ ਜੋ ਵਿਰੋਧੀ ਸੱਭਿਆਚਾਰ ਵਿੱਚ ਇੱਕ ਤਬਦੀਲੀ ਲੈ ਕੇ ਆਏ। ਇਹ ਲਫ਼ਜ਼ ਆਜ਼ਾਦੀ, ਪਰਸਨਲ ਐਕਸਪ੍ਰੈਸ਼ਨਸ ਅਤੇ ਸਮਾਜਿਕ ਨਿਯਮਾਂ ਨੂੰ ਚੁਣੌਤੀ ਦੇਣ ਲੱਗ ਗਏ। ਵੈਸਟ ਵਿੱਚ ਇਹਨਾਂ ਲਫ਼ਜ਼ਾਂ ਨੂੰ ਨੌਜਵਾਨਾਂ ਦਾ ਗਰਮ ਖੂਨ ਅਤੇ ਮੌਜ ਮਸਤੀ ਨਾਲ ਦਰਸਾਇਆ ਗਿਆ ਹੈ। 8 ਮਾਰਚ 1988 ਨੂੰ ਅਮਰ ਸਿੰਘ ਚਮਕੀਲਾ ਅਤੇ ਉਸਦੀ ਪਤਨੀ ਅਮਰਜੋਤ ਕੌਰ ਇੱਕ ਦੁਪਹਿਰ ਦੀ ਪਰਫਾਰਮੈਂਸ ਲਈ ਪੰਜਾਬ ਦੇ ਪਿੰਡ ਮੇਸਮਪੁਰ ਪਹੁੰਚੇ। ਸਾਲ ਦੇ 68 ਦਿਨ ਤੱਕ ਉਹ ਪਹਿਲਾਂ ਹੀ 75 ਲਾਈਵ ਸ਼ੋਅ ਕਰ ਚੁੱਕੇ ਸਨ। ਪੰਜਾਬ ਦਾ ਉਭਰਦਾ ਹੁਆ ਸਿਤਾਰਾ ਅਮਰ ਸਿੰਘ ਚਮਕੀਲਾ। ਇੱਕ ਬਾਤ ਤੋਂ ਪਤਾ ਮੁਝੇ ਕਿ ਲੋਕ ਕਿਆ ਸੁਣਨਾ ਚਾਹਤੇ ਹੈਂ, ਮੈਂ ਕਿਸ ਚੀਜ਼ ਮੇਂ ਮਜ਼ਾ ਆਤਾ ਹੈ ਔਰ ਵੋ ਮੈਂ ਕਰ ਸਕਤਾ ਹੂੰ। ਚਮਕੀਲਾ ਅਤੇ ਅਮਰਜੋਤ ਸਿਰਫ ਫੋਕ ਮਿਊਜ਼ੀਸ਼ੀਅਨਸ ਹੀ ਨਹੀਂ ਸਨ, ਉਹ ਇੰਟਰਨੈਸ਼ਨਲ ਪੌਪ ਸਟਾਰ ਸਨ ਜਿਨ੍ਹਾਂ ਦੀ ਡਿਮਾਂਡ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੇ ਸਾਲ ਦੇ ਦਿਨਾਂ ਤੋਂ ਵੱਧ ਵੀ ਸ਼ੋਅ ਕੀਤੇ। ਉਸ ਸਮੇਂ ਦੇ ਸਮਾਜਿਕ ਮਰਿਆਦਾਵਾਂ ਅਤੇ ਅਸ਼ਲੀਲ ਟਿੱਪਣੀਆਂ ਲਈ ਮਸ਼ਹੂਰ ਚਮਕੀਲਾ ਇੱਕ ਕੰਟਰੋਵਰਸ਼ੀਅਲ ਫਿਗਰ ਸੀ। ਉਸਦੇ ਸੰਗੀਤ ਉਸ ਸਮੇਂ ਦੇ ਲੋਕ ਹਿੱਟ ਗੀਤਾਂ ਤੋਂ ਬਿਲਕੁਲ ਹੀ ਅਲੱਗ ਸਨ। ਜਦ ਉਸਦੇ ਹਾਣੀਆਂ ਨੇ ਪਿੰਡ ਦੀ ਸਾਦੀ ਜ਼ਿੰਦਗੀ, ਪਿਆਰ ਅਤੇ ਧਾਰਮਿਕ ਗੀਤ ਗਾਏ, ਚਮਕੀਲਾ ਨੇ ਉਹਨਾਂ ਵਿਸ਼ਿਆਂ 'ਤੇ ਗੀਤ ਗਾ ਕੇ ਆਪਣਾ ਕਰੀਅਰ ਬਣਾਇਆ ਜੋ ਸਮਾਜ ਵਿੱਚ ਸੋਸ਼ਲ ਟੈਬੂ ਸਨ। ਚਮਕੀਲਾ ਦੇ ਸਟਾਰਡਮ ਟਾਈਮ ਵਿੱਚ ਮਿਊਜ਼ਿਕ ਅਤੇ ਫਿਲਮਸ ਨੂੰ ਇੱਕ ਐਸਕੇਪਿਜ਼ਮ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ। ਇੱਕ ਸੰਪੂਰਨ ਸੰਸਾਰ ਜਿਸ ਵਿੱਚ ਕੁਛ ਵੀ ਬੁਰਾ ਨਹੀਂ ਸੀ ਹੋ ਸਕਦਾ। ਸੰਗੀਤ ਅਸਲ ਜ਼ਿੰਦਗੀ ਤੋਂ ਬਚਣ ਦਾ ਜ਼ਰੀਆ ਸੀ ਜਿਸ ਨੂੰ ਸੁਣ ਕੇ ਲੋਕ ਅਜਿਹੀ ਦੁਨੀਆਂ ਵਿੱਚ ਪਹੁੰਚ ਜਾਂਦੇ ਜਿੱਥੇ ਪਿਆਰ, ਰੰਗ ਅਤੇ ਖੁਸ਼ੀਆਂ ਸਨ। ਪਰ ਚਮਕੀਲਾ ਇੱਕ ਆਮ ਆਦਮੀ ਸੀ ਜੋ ਆਪਣੇ ਮਨ ਦੀ ਗੱਲ ਬੋਲ ਕੇ ਰਹਿੰਦਾ ਸੀ। ਉਸਦੀ ਇਹੀ ਖਾਸੀਅਤ ਨੇ ਉਸਨੂੰ ਮਿਊਜ਼ੀਕਲ ਟ੍ਰੇਲਬਲੇਜ਼ਰ ਬਣਾਇਆ ਅਤੇ ਆਪਣੇ ਆਈਡਲ ਸੁਰਿੰਦਰ ਸ਼ਿੰਦਾ ਅਤੇ ਕੁਲਦੀਪ ਮਾਣਕ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਸੁਪਨਾ ਦੇਖਿਆ। ਸਿਰਫ ਇੱਕ ਤੂੰਬੀ ਨਾਲ ਉਸਨੇ ਉਸ ਵਿਸ਼ਿਆਂ 'ਤੇ ਗੀਤ ਗਾਏ ਜਿਸ ਨੂੰ ਦੇਖ ਕੇ ਉਹ ਵੱਡਾ ਹੋਇਆ ਸੀ। ਧੋਖਾਧੜੀ ਕਰਨਾ, ਨਸ਼ੇ ਪੱਤੇ ਕਰਨਾ, ਗਰੀਬੀ ਅਤੇ ਆਮ ਪੇਂਡੂ ਲਾਈਫ। ਪਰ ਜਦੋਂ ਅੱਜ ਅਸੀਂ ਚਮਕੀਲਾ ਦੇ ਗੀਤ ਸੁਣਦੇ ਹਾਂ ਅਸੀਂ ਉਹਨਾਂ ਨਾਲ ਰਿਲੇਟ ਕਰ ਸਕਦੇ ਹਾਂ। ਦੋਹਰੇ ਅਰਥ ਅਤੇ ਹਾਸੇ ਮਜ਼ਾਕ ਵਾਲੇ ਗੀਤ ਸਾਡੇ ਮੁੱਖ 'ਤੇ ਹੱਸੀ ਛੋੜ ਜਾਂਦੇ ਹਨ। ਪਰ 1980s ਵਿੱਚ ਪੰਜਾਬ ਇੱਕ ਰੂੜੀਵਾਦੀ ਅਤੇ ਪੁਰਖ ਪ੍ਰਧਾਨ ਸਮਾਜ ਸੀ ਜਿਸ ਕਰਕੇ ਚਮਕੀਲਾ ਦੇ ਗੀਤਾਂ ਨੂੰ ਗੈਰ ਸੰਜੀਦਾ ਮੰਨਿਆ ਜਾਂਦਾ ਸੀ। ਜਿਹੜੇ ਲੋਕ ਚਮਕੀਲਾ ਦੇ ਕੌਨਸਰਟਸ ਦੇਖਣ ਆਉਂਦੇ ਸਨ ਉਹਨਾਂ ਨੂੰ ਲੋਅਰ ਕੈਸਟ ਬੈਕਗਰਾਊਂਡਸ ਵਜੋਂ ਦੇਖਿਆ ਜਾਂਦਾ ਸੀ। ਪਰ ਬਹੁਤ ਸਾਰੇ ਸਤਿਕਾਰਯੋਗ ਲੋਕ, ਖਾਸ ਕਰਕੇ ਔਰਤਾਂ, ਉਸਦਾ ਗੀਤ ਛੁਪ ਕੇ ਸੁਣਦੀਆਂ ਸਨ ਕਿਉਂਕਿ ਉਸਦੇ ਗੀਤ ਉਹਨਾਂ ਦੇ ਅਸਲੀ ਜੀਵਨ ਨੂੰ ਦਰਸਾਉਂਦੇ ਸਨ। ਜਦੋਂ ਅਮਰਜੋਤ ਨੇ ਚਮਕੀਲਿਆਂ ਦੇ ਨਾਲ ਡਿਊਟਸ ਗਾਏ ਤਾਂ ਔਰਤਾਂ ਨੂੰ ਆਪਣੇ ਅੰਦਰ ਇਹੋ ਜਿਹਾ ਵਿਸ਼ਵਾਸ ਆਇਆ ਜਿਹੜਾ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਸੀ ਮਹਿਸੂਸ ਹੋਇਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 1980 ਦੇ ਸਮੇਂ ਪੰਜਾਬ ਵਿੱਚ ਬੜੇ ਬਦਲਾਅ ਹੋ ਰਹੇ ਸਨ। ਇੱਕ ਪਾਸੇ ਸਿੱਖ ਮਿਲੀਟੈਂਟਸ ਪੰਜਾਬ ਨੂੰ ਇੰਡੀਆ ਤੋਂ ਵੱਖ ਕਰਨਾ ਚਾਹੁੰਦੇ ਸੀ। ਇਹਨਾਂ ਖੜਕਵਾਂ ਨੂੰ ਲੱਗਦਾ ਸੀ ਕਿ ਇਹ ਸਮਾਜ ਦਾ ਸੁਧਾਰ ਕਰਨਗੇ। ਉਹਨਾਂ ਨੂੰ ਚਮਕੀਲਾ ਦੇ ਗਾਣੇ ਸਮਾਜ ਲਈ ਸਹੀ ਨਹੀਂ ਸੀ ਲੱਗਦੇ ਅਤੇ ਇਸ ਕਰਕੇ ਉਹਨਾਂ ਨੇ ਚਮਕੀਲਾ 'ਤੇ ਜ਼ੋਰ ਪਾਇਆ ਕਿ ਉਹ ਧਾਰਮਿਕ ਗੀਤ ਗਾਏ। ਦੂਜੇ ਪਾਸੇ ਪੰਜਾਬ ਤੇਜ਼ੀ ਨਾਲ ਬਦਲ ਰਿਹਾ ਸੀ।
ਕੁਝ ਹੱਦ ਤੱਕ ਇੰਦਰਾ ਗਾਂਧੀ ਦੇ ਗ੍ਰੀਨ ਮੂਵਮੈਂਟ ਕਰਕੇ ਪੰਜਾਬ ਨਵੇਂ ਰਸਤੇ ਲੱਭ ਰਿਹਾ ਸੀ, ਨਵੇਂ ਬਿਜ਼ਨੈਸਿਸ ਤੇ ਇੰਡਸਟਰੀਜ਼ ਨੂੰ ਖੜਾ ਕਰਨ ਵਾਸਤੇ। ਪੰਜਾਬ ਦਾ ਇਹ ਅੱਧਾ ਹਿੱਸਾ ਚਮਕੀਲਾ ਨੂੰ ਪਿਆਰ ਕਰਦਾ ਸੀ ਅਤੇ ਉਸਨੂੰ ਇੱਕ ਇੰਟਰਨੈਸ਼ਨਲ ਸਟਾਰ ਬਣਾਇਆ, ਜਿਸਦੇ ਕਰਕੇ ਚਮਕੀਲਾ ਅਤੇ ਅਮਰਜੋਤ ਨੂੰ US, ਕੈਨੇਡਾ, ਬਹਰੇਨ ਅਤੇ ਦੁਬਈ ਕਾਨਸਰਟਸ ਕਰਨ ਦਾ ਮੌਕਾ ਮਿਲਿਆ। ਪਰ ਸਮਾਜ ਨੇ ਚਮਕੀਲਾ ਨੂੰ ਉਲਝਣ ਵਿੱਚ ਪਾ ਦਿੱਤਾ। ਜਦੋਂ ਉਸਨੇ ਖੜਕੂਆਂ ਦੀ ਮੰਗ ਨਾਲ ਸਹਿਮਤ ਹੋ ਕੇ ਧਾਰਮਿਕ ਗੀਤ ਗਾਣੇ ਸ਼ੁਰੂ ਕੀਤੇ, ਇਹ ਅਧਿਕਾਰੀਆਂ ਨੂੰ ਚੰਗਾ ਨਹੀਂ ਲੱਗਾ। ਚਮਕੀਲਾ ਨੇ ਖੜਕੂਆਂ ਦੀਆਂ ਧਮਕੀਆਂ ਤੋਂ ਸੁਰੱਖਿਅਤ ਰਹਿਣ ਲਈ ਕੁਝ ਸਮੇਂ ਤੱਕ ਕੰਟਰੋਵਰਸ਼ਲ ਗੀਤ ਗਾਉਣੇ ਬੰਦ ਕਰ ਦਿੱਤੇ। ਪਰ ਅਧਿਕਾਰੀਆਂ ਨੂੰ ਇਸ ਗੱਲ ਤੋਂ ਡਰ ਲੱਗਦਾ ਸੀ ਕਿ ਜੇਕਰ ਚਮਕੀਲਾ ਵਰਗਾ ਇਨਫਲੂਐਂਸ਼ੀਅਲ ਬੰਦਾ ਖੜਕੂਆਂ ਨਾਲ ਮਿਲ ਜਾਏ ਤਾਂ ਕੀ ਹੋ ਸਕਦਾ ਹੈ। ਇਹੀ ਸੋਚ ਕੇ ਅਧਿਕਾਰੀਆਂ ਨੇ ਵੀ ਚਮਕੀਲਾ 'ਤੇ ਪ੍ਰਭਾਵ ਪਾਇਆ ਕਿ ਉਹ ਆਪਣਾ ਪੁਰਾਣੇ ਸਟਾਈਲ ਦੇ ਗੀਤ ਨੂੰ ਅਪਣਾ ਲਵੇ। ਪਰ ਚਮਕੀਲਾ ਆਖਿਰ ਵਿੱਚ ਆਪਣੇ ਆਡੀਅੰਸ ਦਾ ਗੁਲਾਮ ਸੀ। ਉਹ ਸਮਝ ਨਹੀਂ ਸੀ ਪਾ ਰਿਹਾ ਕਿ ਅਧਿਕਾਰੀਆਂ ਜਾਂ ਖੜਕੂਆਂ ਨੂੰ ਖੁਸ਼ ਕਰਨ ਲਈ ਉਹ ਆਪਣਾ ਸੰਗੀਤ ਕਿਉਂ ਚੇਂਜ ਕਰੇ, ਜਦਕਿ ਉਸਦੇ ਪ੍ਰੇਮੀ ਉਸਦੇ ਸੰਗੀਤ ਨੂੰ ਬਹੁਤ ਪਸੰਦ ਕਰਦੇ ਸਨ। ਆਖਿਰ ਵਿੱਚ ਚਮਕੀਲਾ ਨੇ ਉਹੀ ਗੀਤ ਗਾਏ ਜਿਸਦੇ ਬਾਰੇ ਉਹ ਚੰਗੀ ਤਰ੍ਹਾਂ ਜਾਣਦਾ ਸੀ। ਇਸ ਤੋਂ ਬਾਅਦ ਅਮਰਜੋਤ ਅਤੇ ਉਸਨੂੰ ਪਤਾ ਚੱਲ ਗਿਆ ਸੀ ਕਿ ਉਹਨਾਂ ਕੋਲ ਹੁਣ ਜ਼ਿਆਦਾ ਟਾਈਮ ਨਹੀਂ ਰਿਹਾ। ਜਿਵੇਂ ਹੀ ਉਹਨਾਂ ਦੀ ਕਾਰ ਵੈਨਿਊ 'ਤੇ ਪਹੁੰਚੀ, ਅਮਰਜੋਤ ਗੱਡੀ ਤੋਂ ਬਾਹਰ ਨਿਕਲੀ ਅਤੇ ਇੱਕ ਨਕਾਬਪੋਸ਼ ਕਾਤਿਲ ਨੇ ਉਸਨੂੰ ਪੁਆਇੰਟ ਬਲੈਂਕ ਰੇਂਜ 'ਤੇ ਗੋਲੀ ਮਾਰ ਦਿੱਤੀ। ਸ਼ੂਟਰ ਨੇ ਫਿਰ ਚਮਕੀਲਾ ਨੂੰ ਨਿਸ਼ਾਨੇ 'ਤੇ ਲਗਾਇਆ, ਪਹਿਲਾਂ ਉਸਨੂੰ ਪਿੱਠ 'ਤੇ ਗੋਲੀ ਮਾਰੀ ਅਤੇ ਫਿਰ ਉਸਦੇ ਸਰੀਰ ਨੂੰ ਗੋਲੀਆਂ ਨਾਲ ਬੁੰਨ ਦਿੱਤਾ। ਅੱਜ ਤੱਕ ਵੀ ਕੋਈ ਨਹੀਂ ਜਾਣਦਾ ਕਿ ਕਿਸਨੇ ਚਮਕੀਲਾ ਅਤੇ ਅਮਰਜੋਤ ਦਾ ਕਤਲ ਕੀਤਾ ਸੀ। ਕੁਝ ਦਾਅਵਾ ਕਰਦੇ ਹਨ ਕਿ ਇਹ ਖੜਕੂ ਹੋ ਸਕਦੇ ਹਨ ਜੋ ਉਸਦੇ ਕੰਟਰੋਵਰਸ਼ਲ ਗੀਤ ਨਹੀਂ ਸੀ ਪਸੰਦ ਕਰਦੇ ਅਤੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਕੁਝ ਸੋਚਦੇ ਸਨ ਕਿ ਉਸ ਸਮੇਂ ਦੇ ਕਲਾਕਾਰਾਂ ਨੇ ਈਰਖਾ ਵਿੱਚ ਆ ਕੇ ਇਹ ਕਦਮ ਉਠਾਇਆ ਹੋਵੇਗਾ। ਚਮਕੀਲਾ ਅਤੇ ਅਮਰਜੋਤ 26 ਸਾਲ ਪਹਿਲਾਂ ਸਾਨੂੰ ਛੱਡ ਗਏ। ਆਪਣੀ ਜ਼ਿੰਦਗੀ ਦੇ ਸਿਰਫ 26 ਸਾਲ ਵਿੱਚ ਚਮਕੀਲਾ ਨੇ ਲੋਕਾਂ ਦੇ ਦਿਲਾਂ ਵਿੱਚ ਉਹ ਪ੍ਰਭਾਵ ਛੱਡਿਆ ਕਿ ਉਸਦੇ ਜਾਣ ਤੋਂ ਬਾਅਦ ਵੀ ਲੋਕ ਅੱਜ ਵੀ ਉਹਨੂੰ ਯਾਦ ਕਰਦੇ ਹਨ। ਉਸਦਾ ਫੋਕ ਮਿਊਜ਼ਿਕ ਅਤੇ ਗੀਤਾਂ ਦੁਆਰਾ ਲੋਕਾਂ ਦੀ ਜ਼ਿੰਦਗੀ ਨੂੰ ਦਰਸਾਉਣਾ ਉਸਦੇ ਸੰਗੀਤ ਨੂੰ ਉੱਚਾਈਆਂ ਤੱਕ ਲੈ ਗਿਆ। ਅੱਜ ਵੀ ਦਿਲਜੀਤ ਦੋਸਾਂਝ, ਹਨੀ ਸਿੰਘ, ਬਾਦਸ਼ਾਹ, ਏਪੀ ਢਿੱਲੋਂ ਅਤੇ ਹੋਰ ਕਈ ਸਾਰੇ ਕਲਾਕਾਰ ਆਪਣੇ ਸੰਗੀਤ ਦੀ ਪ੍ਰੇਰਣਾ ਚਮਕੀਲਾ ਤੋਂ ਲੈਂਦੇ ਹਨ। ਇਹਨਾਂ ਸਾਰਿਆਂ ਨੇ ਆਪਣਾ ਕਰੀਅਰ ਚਮਕੀਲਾ ਦੀ ਲੈਗਸੀ ਤੋਂ ਹੀ ਬਣਾਇਆ। ਪਰ ਬਦਕਿਸਮਤੀ ਨਾਲ ਸਿੱਧੂ ਮੂਸੇਵਾਲਾ ਵਰਗੇ ਕਲਾਕਾਰਾਂ ਨੂੰ ਚਮਕੀਲਾ ਵਰਗੀ ਕਿਸਮਤ ਦਾ ਸਾਹਮਣਾ ਕਰਨਾ ਪਿਆ। ਇੱਥੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਮਸ਼ਹੂਰ ਸੰਗੀਤਕਾਰ ਆਪਣੇ ਸੁਪਨਿਆਂ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕਰ ਸਕਦੇ ਹਨ ਜਾਂ ਉਹ ਸਿਰਫ ਉਧਾਰ ਦੀ ਜ਼ਿੰਦਗੀ ਜੀ ਰਹੇ ਹਨ।